a south asian canadian channel ਰਾਸ਼ਟਰਪਤੀ ਦ੍ਰੋਪਦੀ ਮੁਰਮੂ ਸ਼ਨੀਵਾਰ ਯਾਨੀ ਕਿ ਅੱਜ ਜਬ ਪਾਇਲਟ ਅਫਤਾਰ ਚ ਨਜ਼ਰ ਆਏ ਉਹਨਾਂ ਨਿੱਤੀਜ ਪੂਰਾ ਹਵਾਈ ਫੌਜ ਸਟੇਸ਼ਨ ਤੋਂ ਸੁਖਈ 30 एमकेआई ਲੜਾਕੂ ਜਹਾਜ਼ ਵਿੱਚ ਉਡਾਨ ਭਰੀ ਇਹ ਕਿਸੇ ਲੜਾਕੂ ਜਹਾਜ਼ ਦੀ ਉਹਨਾਂ ਦੀ ਪਹਿਲੀ ਉਡਾਨ ਹੈ ਰਾਸ਼ਟਰਪਤੀ ਤਿੰਨੋਂ ਸੈਨਾਵਾਂ ਦੇ ਸਰਵ ਉੱਚ ਕਮਾਂਡਰ ਹੈ ਉਹ ਫਿਲਹਾਲ ਅਸਾਮ ਦੀ ਯਾਤਰਾ 'ਤੇ ਹੈ ਰਾਸ਼ਟਰਪਤੀ ਮੋਮੋਦੇ ਤੇਜਪੁਰ ਪਹੁੰਚਣ ਤੇ 에ਅਰਫੋਰਸ ਦੇ ਫੌਜੀਾਂ ਵੱਲੋਂ ਗਾਰਡ ਆਫ ਆਨਰ ਦਿੱਤਾ ਗਿਆ ਰਾਸ਼ਟਰਪਤੀ ਦਾ ਅਸਾਮ ਦੇ ਦੌਰੇ ਦਾ ਅੱਜ ਤੀਜਾ ਦਿਨ ਸੁਖਈ 30 ਐਮਕੇਆਈ ਲੜਾਕੂ ਜਹਾਜ਼ ਦੋ ਸੀਟਾਂ ਵਾਲਾ ਬਹੁ ਉਦੇਸ਼ੀ ਲੜਾਕੂ ਜਹਾਜ਼ ਹੈ ਇਸ ਤੋਂ ਪਹਿਲਾਂ ਸਾਲ 2009 ਵਿੱਚ ਤਤਕਾਲੀਨ ਰਾਸ਼ਟਰਪਤੀ ਪ੍ਰਤਿਭਾ ਪਾਟਲ ਨੇ ਮੋਹਰੀ ਮੋਰਚੇ ਤੇ ਲੜਾਕੂ ਜਹਾਜ਼ ਵਿੱਚ ਉਡਾਨ ਭਰ ਚੁੱਕੇ ਨੇ ਪ੍ਰਤਿਭਾ ਦੇਵੀ ਸਿੰਘ ਪਾਟਲ ਨੇ ਵੀ ਇਹ ਰਿਕਾਰਡ ਰਚਿਆ ਸੀ ਉਸ ਦੌਰਾਨ ਉਹਨਾਂ ਨੇ ਪੂਨੇ ਦੇ ਲੋਗਾਂਵ 에ਅਰ ਫੋਰਸ ਬੇਸ ਤੋਂ ਸੁਖਈ ਜਹਾਜ਼ ਵਿੱਚ ਉਡਾਨ ਭਰੀ ਸੀ ਦੱਸ ਦਈਏ ਕਿ ਇਸੇ ਲੜਾਕੂ ਜਹਾਜ਼ ਨੂੰ ਰੂਸੀ ਕੰਪਨੀ ਸੁਖਈ ਨੇ ਵਿਕਸਿਤ ਕੀਤਾ ਹੈ ਅਤੇ ਇਸ ਦੇ ਨਿਰਮਾਣ ਲਾਇਸੈਂਸ ਤਹਿਤ ਭਾਰਤ ਦੇ ਹਿੰਦੁਸਤਾਨ 에ਰੋਨੈਟਿਕਸ ਲਿਮਟਿਡ ਨੇ ਕੀਤਾ ਹੈ इस जहाज़ की वो तो हज़ार एक सौ भी किलोमीटर प्रति घंटा जबकि उंचाई उत्ते रेंज तीन हजार किलोमीटर है